ਜਗਦੀਸ਼ ਕਲੋਨੀ ਪਟਿਆਲਾ ਵੱਡੀ ਨਦੀ ਦੇ ਬੰਨੇ ਦੇ ਨਾਲ ਨਾਲ ਹੈ ਕਲੋਨੀ। ਇੱਥੇ ਖਾਲੀ ਪਲਾਟ ਦੇ ਵਿੱਚੋਂ ਡੈੱਡ ਬਾਡੀ ਮਿਲੀ ਹੈ। ਇਹ 24 ਤੋਂ 28 ਸਾਲ ਦਾ ਨੌਜਵਾਨ ਹੈ। ਕੱਲ੍ਹ ਰਾਤ ਜਦੋਂ 8:30 ਦੇ ਕਰੀਬ ਜਦੋਂ ਬਾਰਿਸ਼ ਹੁੰਦੀ ਪਈ ਸੀ ਅਤੇ ਇਹ ਬੰਦਾ ਉੱਥੇ ਪਾਣੀ ਪੀ ਵੀ ਜਾਂਦਾ ਸੀ ਅਤੇ ਉੱਥੋਂ ਪਾਣੀ ਦੇ ਵਿੱਚੋਂ ਕੱਢ ਕੇ ਉਹਨੂੰ ਇੱਧਰ ਨੂੰ ਸਾਈਡ 'ਤੇ ਕੀਤਾ ਅਤੇ ਉਹਦੇ ਤੋਂ ਬਾਅਦ ਅਸੀਂ ਚੱਲ ਗਏ। ਬਾਅਦ ਦੇ ਵਿੱਚ ਹੁਣ ਸਵੇਰੇ ਪਤਾ ਲੱਗਿਆ ਵੀ ਇੱਦਾਂ ਕਰਕੇ ਛਾਇਆ ਹੋ ਗਿਆ। ਗੰਦਾ ਪਾਣੀ ਪੀ ਰਿਹਾ ਸੀ ਕਿਵੇਂ? ਗੰਦਾ ਪਾਣੀ ਪੀ ਰਿਹਾ ਸੀ, ਸਾਹਮਣੇ ਜਿਹੜਾ ਪਾਣੀ ਭਰਿਆ ਪਿਆ ਸੀ ਬਾਰਿਸ਼ ਕਰਕੇ ਅਤੇ ਫਿਰ ਉਹ ਬੰਦੇ ਨੇ ਇੱਕ ਸਾਈਡ ਦੇ ਨਾਲ ਵਾਲੇ ਨੇ ਉਹਨੂੰ ਨਾਲ ਕੱਢਿਆ ਇਹਨੂੰ ਵਿੱਚੋਂ ਕੱਢ ਕੇ ਸਾਈਡ 'ਤੇ ਬੈਠਾ। ਨਸ਼ਾ ਬਹੁਤ ਫੁੱਲ ਨਸ਼ਾ ਕੀਤਾ ਹੋਇਆ, ਰੱਜਿਆ ਹੋਇਆ ਸੀ ਉਹਨੂੰ। ਕੁਛ ਨਹੀਂ ਸੀ ਪਤਾ ਲੱਗਦਾ ਪਿਆ ਕਿ ਕੀ ਬੋਲਣਾ ਕੀ ਸੁਣਨਾ, ਕੋਈ ਸਮਝ ਨਹੀਂ ਆਉਂਦੀ ਨਾ ਕੋਈ ਮਤਲਬ ਇਹਦੇ ਫੋਨ ਦਾ ਪਤਾ ਸੀ ਇਹਨੂੰ। ਈਵਨ ਕਿ ਰਾਤ 100 ਨੰਬਰ 'ਤੇ ਕੋਲ ਕੀਤੀ ਸੀਗੀ ਮੈਂ, ਪਰ ਕੋਲ ਨਹੀਂ ਰਿਸੀਵ ਹੋਈ ਮੇਰੀ। ਮੈਂ ਇੱਕੋ ਵਾਰੀ ਕੀਤਾ ਸੀ ਜਦੋਂ ਕੋਲ ਹੀ ਨਹੀਂ ਚੁੱਕੀ ਉਹਨਾਂ ਨੇ। ਹਾਂਜੀ, ਉੱਥੇ ਹੀ ਪੁਲਿਸ ਨੂੰ ਸੂਚਨਾ ਮਿਲਦੇ ਹੀ ਉਹ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਇਹ ਜਗਦੀਸ਼ ਕਲੋਨੀ ਪਟਿਆਲਾ ਵੱਡੀ ਨਦੀ ਦੇ ਬੰਨੇ ਦੇ ਨਾਲ ਨਾਲ ਹੈ ਕਲੋਨੀ। ਇੱਥੇ ਖਾਲੀ ਪਲਾਟ ਦੇ ਵਿੱਚੋਂ ਡੈੱਡ ਬਾਡੀ ਮਿਲੀ ਹੈ। ਇਹ 24 ਤੋਂ 28 ਸਾਲ ਦਾ ਨੌਜਵਾਨ ਹੈ ਜਿਹੜਾ ਮੂਧੇ ਮੂੰਹ ਪਾਣੀ 'ਚ ਡਿੱਗਿਆ ਹੋਇਆ ਸੀ। ਕੀ ਕਾਰਨ ਪਤਾ ਲੱਗਿਆ ਕਿ ਮਤਲਬ ਕਿਵੇਂ ਉਰੇ ਪਹੁੰਚਿਆ? ਅਜੇ ਤੱਕ ਜਿਹੜਾ ਮਹੱਲੇਦਾਰਾਂ ਨੇ ਦੱਸਿਆ ਵੀ ਰਾਤ ਨੂੰ ਇਹ ਘੁੰਮ ਰਿਹਾ ਸੀਗਾ ਇਸੇ ਹਾਲਤ 'ਚ ਸੀ, ਬਿਨਾਂ ਕਮੀਜ਼ ਤੋਂ, ਪੈਂਟ ਵੀ ਇਹਦੀ ਖੁੱਲ੍ਹੀ ਹੋਈ ਸੀ, ਬੂਟ ਬਾਟ ਪਾਏ ਸੀ ਅਤੇ ਉਸ ਟਾਈਮ ਵੀ ਇਹ ਇਸੇ ਤਰ੍ਹਾਂ ਹੀ ਫਿਰਦਾ ਸੀ। ਤੁਰੰਤ ਚੱਲ ਕਿਵੇਂ ਦੱਸੀ ਇਹ ਮਹੱਲਿਆਂ ਨੂੰ ਕਿ ਨਸ਼ਾ ਕੀਤਾ ਸੀ? ਉਦੋਂ ਇਹ ਨਸ਼ਈ ਹਾਲਤ 'ਚ ਲੱਗਦਾ ਸੀ, ਰਾਤ ਨੂੰ 8:30 ਤਕਰੀਬਨ ਦੇਖਿਆ ਲੋਕਾਂ ਨੇ, ਮਹੱਲੇਦਾਰਾਂ ਨੇ। ਪਛਾਣੇ ਤੱਕ ਕੋਈ ਹੋਈ ਨਹੀਂ? ਅਜੇ ਤੱਕ ਕੋਈ ਪਛਾਣ ਨਹੀਂ ਹੈ, ਪਛਾਣ ਕਰ ਰਹੇ ਹਾਂ ਅਤੇ ਮੋਰਚਰੀ ਪਹੁੰਚਾ ਰਹੇ ਹਾਂ। ਡੈੱਡ ਬਾਡੀ ਕੀ ਦੇਖ ਰਹੇ ਹੋ? ਪਟਿਆਲਾ ਟੀਵੀ, ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੁਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ।